ਨਵਾਂ ਦੇਖ ਲਓ ਟਰੈਕਟਰ ਸਾਲਾ ਹਰ ਵਾਰੀ ਦਿਖੀ ਜਾਂਦਾ। ਅਨਵਰ ਗਰੇਵਾਲ ਦਾ ਸਾਲਾ ਬਣਿਆ ਨਾ ਜਿਹੜਾ ਅੱਜ ਦੋ ਟਰੈਕਟਰ ਖਲੋਤੇ ਆ ਹਵੇਲੀ ਤੇ ਕੱਢੋ ਬਾਹਰ ਚੋਰੀ ਦੇ ਆ ਨਸਲਾਂ ਜਿਹੜੀਆਂ ਵਾ ਨਾ ਤੁਸੀਂ ਸਾਡੇ ਹੱਥੋਂ ਮਕਾਉਣੀਆਂ ਪਤਾ ਨੀ ਤੁਹਾਨੂੰ ਕਿਹੜੀ ਗੱਲ ਦੀ ਖਮਾਰ ਕਾਹਦੀ ਮੈਂ ਇਹਨਾਂ ਦਾ ਫੈਰ ਮਾਰ ਦਿੰਦਾ ਮੇਰੇ ਹੋਰ ਮੁਹੱਬਤ ਕੀ ਹੁੰਦੀ ਚੱਲਿਆ ਜੀ ਨੂੰ ਜੀ ਹੁੰਦੀ ਮਿੱਤਰੋ ਮੈਂ ਅੱਜ ਬਹੁਤ ਖੁਸ਼ ਹਾਂ ਮੈਂ ਅੱਜ ਇੰਨਾ ਖੁਸ਼ ਹਾਂ ਕਿ ਮਤਲਬ ਕਿਉਂ ਖੁਸ਼ ਹੈ ਪਹਿਲਾਂ ਦੱਸ ਦਿੰਦਾ ਕਿਉਂਕਿ ਅੱਜ ਮੈਂ ਵੀਡੀਓ ਦੇਖਣੀ ਹੈ ਸਲੀਮ ਅਲਬੇਲਾ ਪਾਚੋਰਾਂ ਦੀ ਸੋ ਕੋਮੇਡੀ ਵੀਡੀਓ ਹੈ ਅੱਜ ਦੀ ਵੀਡੀਓ ਐਂਟਰਟੇਨਮੈਂਟ ਦਾ ਫੁੱਲ ਡੋਜ਼ ਹੈ ਸੋ ਸਾਰੇ ਜਣੇ ਆਪਦੇ ਆਰਾਮ ਨਾਲ ਬੈਠ ਕੇ ਇਸ ਵੀਡੀਓ ਨੂੰ ਦੇਖਿਓ ਪੂਰੀ ਦੇਖਿਓ ਸਕਿੱਪ ਨਾ ਕਰਿਓ ਤਾਂ ਹੀ ਮਜ਼ਾ ਆਊਗਾ ਨਹੀਂ ਤਾਂ ਮਜ਼ਾ ਨਹੀਂ ਆਉਣਾ ਜੇ ਨਾ ਮਜ਼ਾ ਆਇਆ ਤਾਂ ਤੁਹਾਡੇ ਸਾਰੇ ਪੈਸੇ ਵਾਪਸ ਆਓ ਦੇਖੀਏ ਕੁੰਡੀਆਂ ਦੇ ਸਿੰਘ ਫਸ ਗਿਆ ਅੱਜ ਨੂੰ ਇੱਕ ਪਾਸੇ ਔਰ ਤੈਨੂੰ ਮਾਂ ਨੀ ਉਹ ਪਿਓ ਆ ਮਾਂ ਉਹ ਇੱਧਰ ਕਹੂਗਾ ਉਹ ਟਰੈਕਟਰ ਹੈ ਵੇਖਦਾ ਨੀ ਇੰਨਾ ਹੋਇਆ ਉਹ ਇੰਨਾ ਤੂੰ ਹੋਇਆ ਟਰੈਕਟਰ ਤੇ ਚੜਿਆ ਤੇਰੇ ਤੌਰ ਭੌਰ ਘੁੰਮੇ ਅੱਜ ਤੈਨੂੰ ਨੀ ਵੇਖਦਾ ਵੀ ਐਡਾ ਟਰੈਕਟਰ ਆਉਂਦੇ ਆ ਅੱਖਾਂ ਤੇਰੀਆਂ ਨਿੱਕੀਆਂ ਵਾ ਉਹ ਇੰਨੇ ਲਾਂਬੇ ਕਰ ਲਾਂਬੇ ਤੂੰ ਕਰ ਅਸੀਂ ਟਰੈਕਟਰ ਵੇਖੇ ਆ ਇਹ ਖੋਤਾ ਰੜੀ ਨਾ ਸਮਝ ਇਹਨੂੰ ਪਿੰਡਾਂ ਵਾਲੇ ਸ਼ੇਅਰ ਨਾ ਕੀਤੀ ਨਾ ਤੁਸੀਂ ਹਿਸਾਬ ਲਾ ਲਿਓ ਇਹ ਸਾਰਿਆਂ ਨੇ ਸ਼ੇਅਰ ਕਰਨੀ ਆ ਕਿਉਂਕਿ ਇਹ ਇਹ ਹੱਡ ਬੀਤੀਆਂ ਸਾਰਿਆਂ ਦੀਆਂ ਕੀ ਸਮਝਦੇ ਜੇ ਸਾਨੂੰ ਉਹ ਪਰਾ ਕਰ ਇਹ ਮਾਂ ਨੂੰ ਪਰੇ ਕਰ ਪਿੱਛੇ ਕਰ ਟਰੈਕਟਰ ਆ ਵੇਖ ਲਾ ਫੇਰ ਉਹੀ ਗੱਲ ਇਹ ਟਰੈਕਟਰ ਦੇ ਵਿੱਚ ਕੋਈ ਚੀਜ਼ ਵੱਜ ਗਈ ਨਾ ਤੇ ਮੈਂ ਤੈਨੂੰ ਪਤਾ ਨਵਾਂ ਟਰੈਕਟਰ ਛਿਲਣਾ ਹੀ ਨਵਾਂ ਵੀ ਪੱਲੇ ਹੁਣ ਤੇ ਰੰਗ ਇਹਦਾ ਮੇਰੇ 34 ਸਾਲ ਪੁਰਾਣਾ ਨਵਾਂ ਦੇਖ ਲਓ ਟਰੈਕਟਰ ਸਾਲਾ ਹਰ ਵਾਰੀ ਦਿਖੀ ਜਾਂਦਾ ਸਿਆਣੇ ਸਹੀ ਆਂਦੇ ਆ ਕਿ ਜਿਸ ਵੇਲੇ ਬੰਦੇ ਨੇ ਮਰਨਾ ਹੋਵੇ ਨਾ ਉਸ ਜਗ੍ਹਾ ਤੇ ਆਪ ਹੀ ਪਹੁੰਚ ਜਾਂਦਾ ਮੌਤ ਤੈਨੂੰ ਰੇੜੀ ਤੇ ਚੁੱਕੀ ਫਿਰਦੀ ਆ ਖੋਤੇ ਨੂੰ ਤੇਰੇ ਘਰ ਦਾ ਪਤਾ ਇਹਨੇ ਤੇਰੀ ਲਾਸ਼ ਘਰ ਪਹੁੰਚਾਉਣੀ ਪਹੁੰਚਾਉਣੀ ਆ ਵੇਖ ਲਾਂਗਾ ਮੈਂ ਤੈਨੂੰ ਜਿਹੜੇ ਵੇਲੇ ਤੂੰ ਸਾਨੂੰ ਨਾ ਬਾਹਰ ਪਾਉਣਾ ਆ ਉਹ ਤੂੰ ਬਚ ਗਿਆ ਛੀਮਿਆ ਅੱਗੇ ਸਮਝਿਆ ਨਾ ਇਹ ਕਿਹੜਾ ਅੱਗੇ ਤੂੰ ਬਚ ਗਿਆ ਆਹੋ ਇਹ ਤੂੰ ਐਡਾ ਤੂੰ ਕਢਾਈ ਵਾਲਾ ਸੂਟ ਪਾ ਕੇ ਕਨਵਰ ਗਰੇਵਾਲ ਦਾ ਸਾਲਾ ਬਣਿਆ ਨਾ ਜਿਹੜਾ ਅੱਜ ਤੂੰ ਜਿਹੜਾ ਖੋਤੀ ਰਹਿਣੀ ਤੇ ਐਡਾ ਤੂੰ ਦਰਦ ਘਰ ਰਾਹੀ ਬਣਿਆ ਮਰੇ ਉਹ ਮਾਮਾ ਤੈਨੂੰ ਵੇਖ ਲਾਂਗੇ ਅਸੀਂ ਉਹ ਵੇਖ ਲਾ ਹੁਣ ਫੇਰ ਨੀ ਉਹ ਵੇਖਿਆ ਜਾਣਾ ਫੇਰ ਤੇਰੀ ਲਾਸ਼ ਹੋ ਜਾਣੀ ਫੇਰ ਤੇਰੇ ਘਰਦਿਆਂ ਨੂੰ ਨੀ ਵੇਖਣਾ ਮੈਂ ਕਹਿੰਦਾ ਇਹਨੂੰ ਪਿੱਛੇ ਉਹ ਪਿੱਛੇ ਕਰ ਲਾ ਕਿਉਂ ਨੀ ਹੁੰਦਾ ਵੇਖ ਹੁੰਦਾ ਹੀ ਤੇ ਕਰ ਲਾ ਉਹ ਤੂੰ ਹੀ ਕਰਨਾ ਡਾਇਰੈਕਟਰ ਪਿੱਛੇ ਉਹ ਤੂੰ ਖੋਤੀ ਅਲਵੇਲਾ ਭਾਜੀ ਅੱਜ ਸ਼ਾਹਰੁਖ ਖਾਨ ਬਣਿਆ ਕਰ ਲਾ ਔਰ ਉਹ ਰੋਮਾਂਟਿਕ ਹੁੰਦਾ ਥੋੜਾ ਜਿਹਾ ਤੇ ਇਹ ਥੋੜੇ ਗੁੱਸੇ 'ਚ ਕਰ ਲਾ ਫਿਰ ਆ ਜਾ ਕਿਹੜੀ ਪਰੇ ਕਰ ਮਰੇ ਐਡੀ ਟੁੱਟੀ ਭੱਜੀ ਖੋਤੀ ਜਿਹੜੀ ਲਈ ਫਿਰਦਾ ਉਹ ਖਲੋਤੇ ਜੋ ਦੋ ਟਰੈਕਟਰ ਖਲੋਤੇ ਆ ਹਵੇਲੀ ਤੇ ਕੱਢੋ ਬਾਹਰ ਚੋਰੀ ਦੇ ਆ ਕੱਢੋ ਇਹ ਬਾਹਰ ਜਿਸ ਵੇਲੇ ਸਾਨੂੰ ਲੋੜ ਪਊਗੀ ਹੈ ਉਦੋਂ ਮੋਟਰਸਾਈਕਲ ਸੁੱਟੀ ਤੇ ਬਚ ਗਿਆ ਅੱਜ ਟਰੈਕਟਰ ਤੇਰੇ ਤੋਂ ਚੜਦਾ ਹੀ ਤੇ ਨਾ ਪਤਾ ਲੱਗਣਾ ਖੋਤਾ ਕਿਹੜਾ ਤੇ ਤੂੰ ਕਿਹੜਾ ਮੈਂ ਕਹਿੰਦਾ ਛੀਮਿਆ ਅੱਜ ਤੂੰ ਨਾ ਬਹੁਤਾ ਕੋਈ ਨਾ ਵਾਧੇ ਪਿਆ ਆ ਮਾਸਾ ਟਰੈਕਟਰ ਤੇ ਜੀ ਚੜ ਗਿਆ ਤੇਰੀ ਨਾ ਤੌਰ ਭੌਰ ਘੁੰਮੇ ਆ ਤੂੰ ਨਸਲ ਤੌਰ ਭੌਰ ਤੈਨੂੰ ਨੀ ਪਤਾ ਉੱਥੋਂ ਤੂੰ ਮੁੜਿਆ ਵੀ ਅੱਗੋਂ ਟਰੈਕਟਰ ਆਉਂਦਿਆ ਅਸੀਂ ਅਸੀਂ ਤੇਰਾ ਅੱਕ ਕਦੇ ਇੱਕ ਪਾਸੇ ਕਰ ਲਈਏ ਥੱਲੇ ਲਾ ਲਾ ਪੈਲੀਆਂ 'ਚ ਮੈਂ ਲਾਲਾ ਤੇਰੀ ਖੋਤੇ ਦੇ ਪੈਰ ਭਿੱਜਦੇ ਆ ਲਾਲਾ ਤੈਨੂੰ ਟਰੈਕਟਰ ਮੁੜਦਾ ਨੀਗਾ ਸਿੱਧੇ ਵਾਲਾ ਲਿਆ ਆ ਤੂੰ ਇਹ ਨੀ ਕੱਟ ਕੁੱਟ ਹੁੰਦਾ ਇੱਧਰ ਉੱਧਰ ਨੂੰ ਤੂੰ ਕਰ ਹਾਂ ਲਾ ਥੱਲੇ
ਮੈਂ ਆਨਾ ਗੋਗਿਆ ਮੁੜ ਜਾ, ਤੂੰ ਬਹਾਨੇ ਪਾਲਣਾ, ਕੋਈ ਨਾ ਕੋਈ ਮਰਨ ਦੇ। ਮੈਂ ਆਨਾ ਵਾ ਵੀ ਤੂੰ ਨਾ ਇਹ ਨਸਲਾਂ ਜਿਹੜੀਆਂ ਵਾ ਨਾ ਤੁਸੀਂ ਸਾਡੇ ਹੱਥੋਂ ਮਕਾਉਣੀਆਂ, ਪਤਾ ਨੀ ਤੁਹਾਨੂੰ ਕਿਹੜੀ ਗੱਲ ਦੀ ਖਮਾਰ ਕਰੀ। ਪਿੱਛੇ ਖਾਨਦਾਨ ਆ ਪੂਰਾ, ਤੇਰੇ ਪਿੱਛੇ ਗੋਗਿਆ ਰੋਣ ਵਾਲਾ ਕੋਈ ਨੀ। ਉਹ ਸ਼ਾਮੀ 5 ਵਜੇ ਮਸੀਤੇ ਐਲਾਨ ਹੋਣਾ ਕਿ ਗੋਗੇ ਕਾ ਜਨਾਜ਼ਾ ਇਸ਼ਾ ਕੇ ਬਾਅਦ ਉਠਾਇਆ ਜਾਏਗਾ। ਮੈਂ ਆਨਾ ਵਾ ਛੀਨਿਆ, ਇਹ ਗੱਲ ਭੁੱਲ ਜਾ। ਇਹ ਰੋਣ ਵਾਲੇ ਨੀ, ਤੂੰ ਰੋਣ ਵਾਲੇ ਆਪਣੇ ਬੈਠ ਕੇ ਬਹਾ ਕੇ ਆਇਆ ਹੈ? ਤੂੰ ਰੋਣ ਵਾਲੇ ਜਿਹੜੇ ਬੈਠ ਕੇ ਬਹਾ ਕੇ ਆਇਆ, ਸਾਨੂੰ ਪਤਾ ਆ ਉਹ ਇੱਕ ਚੰਡ ਦੀ ਮਾਰ ਆ, ਦਨਾਲੀਆਂ ਦੇ ਬੜੀ ਦੂਰ ਦੀ ਗੱਲ ਆ। ਦਨਾਲੀਆਂ ਮੈਂ ਕਹਿੰਦਾ ਤੈਨੂੰ, ਮੈਂ ਨਾਲੀਓ ਨਾਲੀ ਨਾ ਹੁਣੇ ਕਰਾਂ ਦਨਾਲੀਆਂ। ਪਰੇ ਕਰ ਇਹਨੂੰ, ਉਹ ਪਿੱਛੇ ਕਰ ਟਰੈਕਟਰ ਪਿੱਛੇ ਕਰ, ਪਰ ਪਰੇ ਨੂੰ ਕੱਟੀ ਕੱਟਾ ਜਿਹੜਾ ਤੁਸੀਂ ਕੱਢਣਾ ਕੱਢ ਲਓ, ਸਾਰਾ ਪਿੰਡ ਲੈ ਆਇਆ, ਆ ਕੱਲਾ ਖਲੋਤਾ ਹੀ ਲੜਨਾ ਨੀ ਛੱਡਦੇ ਯਾਰ, ਖੋਤੀ ਛੱਡਦੇ ਉਹਦੀ ਲਾਣ ਲਾੜ। ਨੂਰੀ ਨੱਤ ਨਾ ਬਣ, ਤੈਨੂੰ ਮੈਂ ਵੇਖ ਲਵਾਂ, ਅੱਜ ਤੈਨੂੰ ਮੈਂ ਵੇਖ ਲਵਾਂ। ਹਾਂ ਤੁਸੀਂ ਗਿੱਜੇ ਜੇ ਗਰੀਬਾਂ ਗਰੂਬਾਂ ਤੇ ਹੱਥ ਚੁੱਕਣਾ, ਪੰਗਾ ਹਰ ਵਾਰੀ ਪੰਗਾ ਇਹਦਾ ਨਹੀਂ, ਪੰਗਾ ਪੈਂਦਾ ਆ। ਤੁਸੀਂ ਨਾ ਇੱਕ ਅੱਧੀ ਪਿਆਲੀ ਵਾਲ ਜਿਹੜਾ ਬੰਦਾ ਹੁੰਦਾ ਨਾ ਗਰੀਬੜਾ, ਉਹਨਾਂ ਨਾਲ ਬੜਾ ਪੁੱਜ ਪੁੱਜ ਪੈਂਦੇ ਜੇ। ਮੇਰੀ ਕਣਕ ਲੱਥੀ ਆ ਹੁਣ, ਤੈਨੂੰ ਨਾ ਮੌਤ ਚੁੱਕੀ ਫਿਰਦੀ ਵੀ ਕਿਤੇ ਪੈਸੇ ਲਾਵਾਂ। ਆਹੋ ਤੇ ਲਾਉਣੇ ਆ, ਕਣਕ ਵੱਡੀ ਆ, ਮਣਾ ਮੂਹੀ ਕਣਕ ਪਈ ਆ ਸਾਡੇ। ਉਹਨੇ ਪਰੇ ਲਾ ਲਿਆ, ਉਹਨੇ ਪਰੇ ਲਾਇਆ ਨੀ ਤੇ ਤੂੰ ਵੀ ਲਾ, ਤੂੰ ਕਿਉਂ ਨੀ ਲਾਉਣ ਡਿਆ? ਉਹ ਖੋਤੀ ਰੇੜੀ ਲਾ ਹਾਂ ਤੂੰ, ਉਹ ਖੋਤਾ ਰੇੜੀ ਨਾ ਕਹਿ ਓਏ ਇਹਨੂੰ। ਹੋਰ ਕੀ ਪਰਾਡੋ ਲਈ ਫਿਰਦਾ ਪਰਾਡੋ ਨੂੰ ਜਿਹੜੀਆਂ ਬੋਰੀਆਂ ਤੇ ਮੈਂ ਨਾ ਸਾਰੀਆਂ ਵੇਚ ਕੇ ਨਾ ਇੱਥੇ ਲਾ ਦੇਣੀਆਂ ਆ, ਅਸੀਂ ਸਮਝਦਾ ਨਾ ਕਲੇਸ਼ ਪੈਂਦਾ ਹਰ ਵਾਰੀ ਇੱਕੋ ਪਿੰਡ ਦੇ ਵਿੱਚ ਤੁਸੀਂ ਰਹਿਣਾ ਤੇ ਕਿਉਂ ਲੜਦੇ ਜੀ? ਕਿਉਂ ਲੜਦੇ ਜੇ ਇਹ ਲੈਂਦਾ ਪੰਗੇ ਨਾ ਤੁਸੀਂ ਨਹੀਂ ਤੂੰ। ਅੱਛਾ ਮੈਂ ਪਾਊਸ ਇਸ ਕਰਕੇ ਪਾਇਆ ਕਿ ਆਹ ਜਿਹੜਾ ਇਹਨਾਂ ਨੇ ਗੱਲਾਂ ਨਹੀਂ ਕਹੀਆਂ ਦੋਨਾਂ ਬੰਦਿਆਂ ਨੇ ਕਿ ਤੁਹਾਡਾ ਨਿੱਤ ਦਾ ਕਲੇਸ਼ ਹੈ। ਦੂਜਾ ਕਹਿੰਦਾ ਇੱਕੋ ਪਿੰਡ ਤਾਂ ਤੁਸੀਂ ਰਹਿਣਾ ਯਾਰ, ਕਾਹਤੋਂ ਲੜਦੇ? ਇਹ ਆਮ ਗੱਲਾਂ ਯਾਰ ਪਿੰਡਾਂ ਦੇ ਵਿੱਚ, ਮਤਲਬ ਕਿਸੇ ਨਾਲ ਕੁੰਡੀ ਪਈ ਰਹਿੰਦੀ ਹੈ, ਕਦੇ ਵੱਟ ਦਾ ਰੌਲਾ, ਕਦੇ ਪਾਣੀ ਦਾ ਰੌਲਾ, ਕਦੇ ਇੱਦਾਂ ਹੀ ਟੱਪਣ ਦਾ ਰੌਲਾ, ਕਦੇ ਪਈ ਦਾ ਰੌਲਾ ਤੇ ਕਦੇ ਟਿਊਬਵੈਲ ਦਾ ਰੌਲਾ ਚੱਲਦਾ ਰਹਿੰਦਾ ਹੈ। ਹਲਕਾ ਫੁਲਕੀ ਸਰਵਿਸ ਚਾਹੀਦੀ ਹੈ ਉਹਦੇ ਵਿੱਚ। ਨਹੀਂ ਨਹੀਂ ਤੂੰ ਸਾਹਮਣੇ ਟਰੈਕਟਰ ਆ, ਉਹ ਬੇਜਵਾਨ ਇੱਕ ਪਾਸੇ ਹੋ ਜਾਊਗਾ, ਬੇਜਵਾਨ ਦੋ ਕਿਉਂ ਨਹੀਂ ਹੋ ਸਕਦਾ? ਉਹਨੂੰ ਕਰ ਹਾਂ ਇੱਕ ਪਾਸੇ, ਖੋਤਾ ਬੇਜਵਾਨ, ਤੇਰੀ ਤੇ ਐਡੀ ਜ਼ਬਾਨ ਆ ਤੈਨੂੰ, ਤੈਨੂੰ ਮੈਂ ਆਪ ਛੁੱਟੀ ਪਾਉਣੀ ਆ, ਔਰ ਤੈਨੂੰ ਛੁੱਟੀ ਪਾਉਣੀ ਆ, ਛੀਮਿਆ ਬਚ ਜਾ ਮੇਰੇ ਹੱਥੋਂ, ਸਮਝਦਾ ਆ ਨਾ ਬਈ? ਸ਼ੀਮਾ ਦਾ ਅੱਜ ਐਕਸ਼ਨ ਵੀ ਕਰ ਰਿਹਾ,
ਦੂਜਾ ਬੰਦਾ ਅੱਜ ਤਾਂ ਬੋਲਣ ਨਹੀਂ ਰਿਹਾ ਗੱਲਾਂ ਹਜੇ ਤੱਕ। ਫੋਨ ਕਰਦਾ ਜਿੱਥੇ ਤੇਰੇ ਰਿਸ਼ਤੇਦਾਰ ਆ, ਤੇਰਾ ਮੂੰਹ ਵੇਖ ਲੈਣ ਅੱਜ। ਹੈਂ ਹਾਂ ਫੋਨ ਕਰਦਾ ਏਡਾ, ਤੇਰਾ ਪੀਸੀਓ ਖੋਲਿਆ ਯਾਰ। ਟਰੈਕਟਰ ਕਰ ਪਿੱਛੇ, ਟਰੈਕਟਰ ਕਰ, ਟਰੈਕਟਰ ਕਰ ਪਿੱਛੇ, ਖੋਤਾ ਰੇੜਾ ਪਰੇ ਕਰ। ਕਿਉਂ ਕੌਣ ਕਰੇ? ਤੂੰ ਕਰ ਵਜਾ। ਕਿਉਂ ਟਰੈਕਟਰ ਨੀ ਲੰਘਾਉਣਾ? ਓ ਟਰੈਕਟਰ ਲੰਘਾਉਣਾ ਤੇ ਉਹਨੂੰ ਲੰਘਾ ਪਿੱਛੇ ਕਰ, ਸਾਨੂੰ ਉਹਦੀ ਬੈਕ ਨੀ ਹੋ ਜਾਂਦੀ, ਉਹਨੂੰ ਰਿਵਰਸ ਲਾ ਦੇ ਪਿੱਛੇ ਕਰ। ਤੂੰ ਕੀ ਸਮਝਦਾ ਆ? ਤੂੰ ਆਪਣੀ ਮਾਂ ਦਾ ਦੁੱਧ ਪੀਤਾ ਨਾ ਤੇ ਟਰੈਕਟਰ ਨੂੰ ਹੱਥ ਲਾ। ਹੈਂ ਹਾਂ ਕੀ ਗੱਲ ਆ? ਟਰੈਕਟਰ ਨੂੰ ਕਿਉਂ ਲਾਵਾਂ ਹੱਥ ਮੈਂ? ਯਾਰ ਤੈਨੂੰ ਪਿੰਡ ਛੱਡਣਾ ਹੀ ਪੈਣਾ ਹੀ ਹੁਣ ਇਥੋਂ। ਆ ਖਲੋ ਜਾ ਏ, ਉਹ ਤੁਹਾਡੀਆਂ ਨਸਲਾਂ ਮੁੱਕ ਗਈਆਂ, ਸਾਨੂੰ ਪਿੰਡ ਛਡਾਉਂਦੇ ਆ। ਤੇ ਤੇਰੀ ਨਸਲ ਹੈ ਹੀ ਕੋਈ ਨਹੀਂ। ਉਹ ਦਿਨ ਗਏ ਹੁਣ ਤੇ ਉਹ ਨਾ ਸਮਝਦਾ ਨਾ ਇਹ ਵੀ ਨਹੀਂ ਹੋ। ਆਹੋ ਪਰੇ ਕਰ, ਇੱਧਰ ਕਿੱਧਰ ਕਿੱਧਰ ਓਏ ਕਰ, ਉਹ ਧੱਕੇ ਨਾ ਮਾਰ, ਮੈਂ ਤੈਨੂੰ ਦੱਸਾਂ। ਸਮਝਦਾ ਨਾ ਤੁਸੀਂ ਅੱਜ ਜਿਹੜਾ ਨਵੇਂ ਟਾਇਰ ਪਵਾਏ, ਮੈਂ ਕਿੱਧਰ ਕਰਾਂ ਸਾਈਡ ਤੇ? ਕਿਤੇ 34 ਸਾਲ ਬਾਅਦ ਕਿਤੇ ਕਣਕ ਤੋਂ ਟਾਇਰ ਪਵਾ ਲਏ ਜੇ, ਆਏ ਦਿਨ ਖਲੋਂਦੇ ਹੁੰਦੇ ਜੇ ਪੈਂਚਰ ਹੋ ਗਿਆ ਟਾਇਰ। ਹੈਂ ਕਦੀ ਨਹਿਰੇ ਖਲੋਂਦੇ ਜੇ, ਕਦੀ ਕਿਸੇ ਦੇ ਤਰਲੇ ਕਰਦੇ ਜੇ। ਤੇ ਖਲੋਂਦੇ ਸਾਡਾ ਟਰੈਕਟਰ ਆ, ਅਸੀਂ ਚੋਰੀ ਦਾ ਮੁੱਲ ਲਿਆ ਉੱਥੇ, ਇੱਥੇ ਫਸਲਾਂ 'ਚ ਹਲ ਵਾਹ ਵਾ ਕੇ ਲਿਆ। ਪਿੱਛੇ ਫੋਨ ਕਰਦੇ ਜੇ ਕੁੰਡੀ ਪਾ ਕੇ ਸਾਨੂੰ ਪਿੰਡ ਲੈ ਆਓ, ਪਰ ਨਵੇਂ ਟਰੈਕਟਰ ਖਲੋਤੇ ਆ ਸਾਡੇ। ਤੇ ਕੱਢਦੇ ਕਿਉਂ ਨਹੀਂ ਜੇ ਨਵੇਂ ਏਡੇ ਕੱਪੜੇ ਪਾ ਕੇ ਖਲਾਰੇ ਖਲਾਰਨ ਵਾਲੇ ਲੈ ਕੱਢ ਲਾਂਗੇ। ਚੱਲ ਟਰੈਕਟਰ ਪਿੱਛੇ ਕਰ, ਵੇਹਨਾ ਮੈਂ ਤੈਨੂੰ। ਟਰੈਕਟਰ ਵੀ ਨੀ ਗੋਗਿਆ ਹੋਣਾ ਅੱਜ ਕੱਲ, ਕੱਲ ਕਰ ਲਾ ਸਾਲ ਨੂੰ ਟਰੈਕਟਰ, ਤੂੰ ਹੀ ਪਿੱਛੇ ਕਰਨਾ ਹੀ ਹੋ। ਮੈਂ ਜੋ ਗੜੀ ਗੱਲ ਕਹਿ, ਸਾਲ 6 ਮਹੀਨੇ ਕਿਸੇ ਨੇ ਨੀ ਵੇਖੇ, ਮੈਂ ਹੁਣੇ ਹੀ ਕਰਾਉਣੀ ਹੂੰ ਖੋਤੀ ਰੜੀ ਵਾਪਸ। ਉਹ ਤੁਹਾਡੀਆਂ ਨਸਲਾਂ ਮੁੱਕ ਗਈਆਂ, ਬੈਗ ਗੇਅਰ ਹੈ ਨੀ, ਤੁਹਾਡੀਆਂ ਨਸਲਾਂ ਮੁੱਕ ਗਈਆਂ। ਸਾਨੂੰ ਇਹ ਸਮਝਾਉਂਦਿਆਂ ਸਮਝਾਉਂਦਿਆਂ ਵੀ ਤੁਸੀਂ ਮੁੜ ਜਾਓ, ਬਸ ਅਸੀਂ ਨੀ ਮੁੜਨ ਵਾਲੇ। ਅਸੀਂ ਤੇ ਜਾ ਕੇ ਤੇਰੀ ਕਬਰ ਤੇਰੇ ਪਿਓ ਦੇ ਨਾਲ ਹੀ ਬਣੇ। ਹੈਂ ਤੂੰ ਚਾਹੁੰਦਾ ਵੀ ਤੈਨੂੰ ਮਾਰ ਕੇ ਤੇ ਪਿੱਛੇ ਪਿੰਡ ਜਾਵੇ ਤੇਰੀ ਲਾਸ਼? ਹੈਂ ਜਿੱਥੇ ਤੇਰੇ ਵੱਡੇ ਦਫਨਾਏ ਕਾੜੇ, ਉਹ ਕਾੜੇ ਬੰਨਣਾ ਚਾਹੁੰਦਾ ਵਾ। ਐਡਾ ਤੂੰ ਸਾਨ ਨਹੀਂ ਹੋਇਆ ਤੈਨੂੰ ਫਸਿਆ ਘਰ ਪਿੱਛੇ, ਕੀ ਆ ਘਰ ਪਿੱਛੇ? ਮੈਂ ਵੇਨਾ ਤੈਨੂੰ ਕਿੱਦਾਂ ਨਹੀਂ। ਕੌਣ ਕੌਣ ਕਰੇ? ਟਰੈਕਟਰ ਪਿੱਛੇ ਕਰ, ਕੋਤੀ ਰੜੀ ਪਿੱਛੇ ਕਰ, ਮੈਂ ਤੈਨੂੰ ਵੇਨ ਲਿਆ। ਇਹ ਗੱਲ ਵਧ ਜਾਣੀ ਓ ਵਧਣ ਦੇ, ਅੱਜ ਕਿੰਨੀ ਕੁ ਵਧੇਗੀ? ਕਿੰਨੇ ਕੀ ਵਧੇਗੀ? ਓਏ ਅੱਗੇ ਤੂੰ ਇੱਥੇ ਬਚਿਆ, ਆ ਜਗ੍ਹਾ ਵੇਖ ਲਾ, ਆ ਪਛਾਣ ਉਹ ਹੀ ਜਗ੍ਹਾ ਜਿੱਥੋਂ ਮੈਂ ਤੈਨੂੰ 2 ਵਾਰੀ ਛੱਡਿਆ ਈ, ਤੇ ਅੱਜ ਤੇਰੀ ਮੌਤ ਹੋਣੀ ਹੋਣੀ ਓ ਮੇਰੇ ਹੱਥੋਂ। ਤੈਨੂੰ ਮੈਂ 2 ਵਾਰੀ ਛੱਡਿਆ ਤੇ ਮੈਂ ਤੈਨੂੰ ਅੱਜ ਨਹੀਂ ਓ ਛੱਡਣਾ ਹੋ ਗਿਆ। ਤੂੰ ਪੇੜ ਜਦੋਂ ਇਹਨਾਂ ਨੇ ਐਂ ਫੜਿਆ ਨਾ ਮਿਲ ਕੇ ਸਿਰ ਮਾਰੋ ਇੱਕ ਦੂਜੇ ਨੂੰ, ਤੈਨੂੰ ਨਾ ਤਮਾਸ਼ਾ ਵਿਖਾਉਣਾ ਹੀ ਵਿਖਾਉਣਾ। ਨਹੀਂ ਤਮਾਸ਼ਾ ਕੀ ਵਿਖਾਉਣਾ ਆ, ਤਮਾਸ਼ਾ ਤੁਸੀਂ ਬਣਨ ਡਏ ਜੇ, ਉਹ ਬਿਜ ਧੋਣ ਡਏ ਜੇ ਆਈ ਦੇਰ ਪਿੰਡ ਚੋਂ ਸਾਡੇ ਕੋਲੋਂ। ਹੈਂ ਤੁਹਾਡੇ ਕੋਲ? ਆ ਪਿਛਲੇ ਦਿਨਾਂ ਤੁਹਾਡੇ ਮੁੰਡੇ ਦੇ ਚਪੇੜਾਂ ਨਹੀਂ ਪਈਆਂ ਸਾਡੇ ਮੁੰਡਿਆਂ ਕੋਲੋਂ? ਅੱਜ ਤੁਸੀਂ ਕਢਾਈ ਵਾਲਾ ਸੂਟ ਪਾ ਕੇ, ਤੂੰ ਬਹੁਤਾ ਹੋਇਆ ਵਧੀਆ ਵਾ, ਸਮਝ ਗਿਆ? ਮੇਰੇ ਪੱਲਿਓ ਪਾਇਆ, ਮੇਰੇ ਸਹੁਰਿਆਂ ਨੇ ਦਿੱਤਾ, ਸਹੁਰਿਆਂ ਨੇ। ਉਹ ਫਿੱਟੇ ਮੂੰਹ ਤੇਰੇ ਚੀਮਿਆ, ਕਹਿੰਦਾ ਤੇਰੇ ਪੱਲੇ ਲਿਆ, ਮੇਰੇ ਸਹੁਰਿਆਂ ਨੇ ਦਿੱਤਾ, ਮਤਲਬ ਆਪ ਨੀ ਲਿਆ।
ਦਿੱਤਾ ਆ ਅੱਜ ਕੋਈ ਚੰਨ ਚੜਾਉਣਾ ਮੈਨੂੰ ਲੱਗਦਾ ਤੂੰ ਚੰਨ ਚੜਾਉਣਾ ਆ ਤੂੰ ਵੱਡੀ ਜੰਮ ਤੇ ਲਵਾ ਤੂੰ ਵੱਡੀ ਜੰਮ ਤੇ ਲਵਾ ਕਿਤੇ ਕਿਤੇ ਮੈਂ ਵੇਖਣਾ ਆ ਕਿੱਦਾਂ ਨੀ ਟਰੈਕਟਰ ਕਰਦਾ ਖਾਲੀ ਕਾਰ ਇਹਨੂੰ ਪਿੱਛੇ ਉਹ ਕਾਰ ਪਿੱਛੇ ਇਹਨੂੰ ਥੱਲੇ ਉਤਰ ਟਰੈਕਟਰ ਤੋਂ ਥੱਲੇ ਉਤਰ ਉਤਰ ਗਿਆ ਟਰੈਕਟਰ ਨੂੰ ਪਿੱਛੇ ਇਹ ਰੂਸੀ ਕੁੱਤੀ ਵਾਂਗੂ ਉੱਤੇ ਚੜ ਗਿਆ ਕਾਰ ਪਿੱਛੇ ਟਰੈਕਟਰ ਨੂੰ ਤੁਸੀਂ ਕੀ ਸਮਝਦੇ ਜੇ ਆਪਣੇ ਆਪ ਕਰਦਾ ਫਿਰ ਹੈ ਤੈਨੂੰ ਹੀ ਕਰਨਾ ਪੈਣਾ ਈ ਓਏ ਮੈਂ ਤੈਨੂੰ ਇੰਨਾ ਛੀਮਿਆ ਕਿ ਤੇਰੀ ਮੌਤ ਜਿਹੜੀ ਆ ਕਿ ਹੋਰ ਦੇ ਹੱਥੋਂ ਲਿਖਾ ਲਾ ਤੂੰ ਮੇਰੇ ਹੱਥੋਂ ਹੀ ਮਰਨਾ ਹੀ ਓ ਓਏ ਸੂਰਜ ਵੀ ਡੁੱਬਣ ਦਿਆ ਸੀ ਤੇ ਤੇਰਾ ਵੀ ਐਲਾਨ ਹੀ ਹੋਣਾ ਸੀ ਅੱਜ ਅਜੇ ਵੀ ਟਾਈਮ ਹੀ ਨਹੀਂ ਟਾਈਮ ਟੂਮ ਹੋ ਲਵੇ ਦੋ ਕਤਲ ਹੋਣੇ ਇੱਕ ਤੇਰਾ ਤੇ ਇੱਕ ਖੋਤੇ ਦਾ ਮੈਂ ਇੰਨਾ ਛੀਮਿਆ ਇਹਦੀ ਜੋਗੇ ਤੁਸੀਂ ਹੁੰਦੇ ਨਾ ਨਹੀਂ ਤੁਸੀਂ ਹੁੰਦੇ ਉੱਥੇ ਜਦੋਂ ਤੁਸੀਂ ਹੁੰਦੇ ਤੇ ਟਰੈਕਟਰ ਨਾਲ ਲੈ ਲੈਂਦੇ ਉਹ ਜਦੋਂ ਉਹ ਖੋਤੀਆਂ ਰੇੜੀਆਂ ਤੇ ਫਿਰਦਾ ਸੀ ਉਹ ਖੋਤੀਆਂ ਰੇੜੀਆਂ ਦੇ ਅਸੀਂ ਹੁਣ ਪੱਠੇ ਕਿਉਂ ਲੱਦੀਏ ਉਹ ਕਣਕ ਕੁਣਕ ਨਹੀਂ ਰੱਖੇ ਅਸੀਂ ਪੈਟਰੋਲ ਨਹੀਂ ਲਿਆ ਜਾਂਦਾ ਪੈਟਰੋਲ ਨਹੀਂ ਲਿਆ ਜਾਂਦਾ ਬੜਾ ਪੈਟਰੋਲ ਆ ਸਾਡੇ ਕੋਲ ਇਹ ਅੱਜ ਫਿਰ ਤੂੰ ਹੀ ਇੱਥੇ ਹੀ ਸੌਂਏਗਾ ਤੇ ਮੈਂ ਵੀ ਇੱਥੇ ਹੀ ਇਹ ਮੈਂ ਤੈਨੂੰ ਬਹੁਤ ਲਵਾ ਤਾ ਹੀ ਥੱਲੇ ਲੱਗਾ ਹੁੰਦਾ ਤੁਹਾਨੂੰ ਰਿਸ਼ਤਾ ਤੇ ਕੋਈ ਦਿੰਦਾ ਨਹੀਂ ਤੇ ਤੁਸੀਂ ਅਸੀਂ ਅਸੀਂ ਗੰਦੇ ਖਾਨਦਾਨ ਚ ਨੀ ਵਿਆਹੁੰਦੇ ਅਸੀਂ ਗੰਦੀ ਨਸਲ ਦੀ ਲੈਂਦੇ ਨੀ ਗੇ ਉਹ ਜ਼ਮੀਨ ਭੋਏ ਭਾਂਡਿਆ 100 ਰਿਸ਼ਤੇ ਸਾਨੂੰ ਆਉਣ ਡਏ ਆ ਉਸੇ ਜ਼ਮੀਨ ਚ ਤੇਰੀ ਕਬਰ ਬਣਨੀ ਹੂ ਉਹ ਬਸ ਕਿੰਨਾ ਬੋਲਦੇ ਆ ਯਾਰ ਹਟਦੀ ਨੀ ਅਰਜਾ ਕਿਉਂ ਮਰਨਾ ਹੀ ਸਾਡੇ ਹੱਥੋਂ ਤੂੰ ਵੀ ਬਸ ਕਰ ਜਾ ਓਏ ਗੱਲਾਂ ਕਰਨੀਆਂ ਸੌਖੀਆਂ ਤੇ ਔਖੇ ਪਾਲਣ ਬੋਲ ਤੇ ਹਾਲਮ ਲੁਹਾਰ ਦਾ ਸਾਲਾ ਕਿਉਂ ਬਣਨ ਡਿਆ ਹਾਂ ਜਾ ਜਰਾ ਤੈਨੂੰ ਮੈਂ ਵੇਖ ਹੀ ਲਵਾਂ ਵੀ ਕੀ ਕਰਨ ਡਿਆ ਆ ਤੂੰ ਇੱਕ ਮਿੰਟ ਮੇਰੀ ਸ਼ਲਵਾਰ ਨਾਲ ਅੜਦੀ ਤੇ ਤੈਨੂੰ ਮੈਂ ਲੈ ਗਿਆ ਸੀ ਗਿੱਟੇ ਕੀ ਅੱਲੀ ਦਾਤਰੀ ਦੇ ਉੱਤੇ ਤੁਸੀਂ ਐਡਾ ਨਾ ਓਏ ਠਾ ਓਏ ਠਾ ਹੋ ਜਾ ਓ ਸਾਡੀ ਗੱਡੀ ਤੋਂ ਠਾ ਹੋ ਜਾ ਸ਼ੀਮਿਆ ਓਏ ਗੱਡੀ ਆ ਸਾਡੀ ਇਹ ਗੱਡੀ ਆ ਉੱਥੇ ਹੋ ਇਹ ਤੇ ਮੈਂ ਹੋਇਆ ਇਹ ਕਿਹੜੀ ਖੋਤਾ ਕਰੋਲਾ ਤੇਰੀ ਅਸੀਂ ਕਿਲੇ ਦੁਸ਼ਮਣ ਨੂੰ ਕਿਹਾ ਪੈਰ ਨਹੀਂ ਪਾਉਣ ਦਿੱਤਾ ਆਪਣੀ ਗੱਡੀ ਤੇ ਗੋਇਆ ਲੱਦੀ ਫਿਰ ਨਾ ਤਾਂ ਦੁਸ਼ਮਣ ਨੂੰ ਨਹੀਂ ਪਾਉਣ ਦਿੱਤਾ ਠਾ ਹੋ ਠਾ ਹੋ ਤੈਨੂੰ ਵੇਨਾ ਆ ਮੈਂ ਓ ਤੈਨੂੰ ਓਏ ਤੈਨੂੰ ਕਿੰਨੀ ਓਏ ਦੀ ਸੱਟ ਹੁੰਦੀ ਓ ਆਰਾਮ ਨਾਲ ਬਹਿ ਜਾ ਲੜਾਈਆਂ ਚ ਓਏ ਇਹਦੀ ਸੱਟ ਹੁੰਦੀ ਹੈ ਮੈਂ ਅਗਲੇ ਸ਼ੂਟ ਤੇ ਨਹੀਂ ਆਉਣਾ ਜੇ ਵੱਜ ਗਈ ਤਾਂ ਸੱਟਾਂ ਤੇ ਲੱਗਦੀਆਂ ਹੀ ਆ ਸੱਟਾਂ ਲੱਗਦੀਆਂ ਹੀ ਆ ਉਹ ਦਾਤਰੀ ਘਮਾਲੀ ਸੀ ਪਿਛਲੀ ਵਾਰੀ ਹਾਂ ਤੇ ਹੁਣ ਕੀ ਆ ਉਹ ਕੀ ਕਰ ਲਿਆ ਸੀ ਦਾਤਰੀ ਘਰ ਭੋਲਾ ਆ ਤੇ ਹੁਣ ਲੈ ਆ ਸਾਹਮਣੇ ਘਰ ਆ ਜਾ ਮੈਂ ਉੱਥੋਂ ਲੈਣ ਜਾਵਾਂ ਤੇ ਤੂੰ ਐਨੂੰ ਨਿਕਲ ਜਾ ਹੈ ਨਿਕਲ ਜਾ ਤੇ ਕੀ ਕਰ ਲਿਆ ਸੀ ਦਾਤਰੀ ਨਾਲ ਕੀ ਕਰ ਲਿਆ ਸੀ ਤੂੰ ਯਾਰ ਸਮਝਦਾ ਨਾ ਮੈਂ ਆਹਨਾ ਵੀ ਮੈਂ ਕੰਮ ਚੱਲਾਂ ਤੇ ਮੈਨੂੰ ਨਾ ਸਤਾ ਉਹ ਪਰੇ ਕਰ ਲਾ ਰੇੜੀ ਇਹ ਸਾਡੀ ਜਿਹੜੀ ਜੇਦ ਹੁੰਦੀ ਆ ਨਾ ਤੁਹਾਨੂੰ ਪਤਾ ਅਸੀਂ ਤੇ ਜੇਦ ਵਾਸਤੇ ਜਾਨ ਦੇ ਸਕਦੇ ਹਾਂ ਤੇ ਅਸੀਂ ਖੋਤਾ ਰੇੜੀ ਨਹੀਂ ਉਹ ਪਰੇ ਕਰਨੀ ਫਿਰ ਇਹ ਵੀ ਨਹੀਂ ਪਰੇ ਹੋਣਾ ਟਰੈਕਟਰ ਕੀ ਗੱਲ ਆ ਇਹ ਕਿਉਂ ਨਹੀਂ ਹੋਣਾ ਪਰੇ ਇਹ ਨਹੀਂ ਹੁੰਦਾ ਜੀ ਹੈ ਨਹੀਂ ਹੋਣਾ ਮੈਂ ਵੇਹਨਾ ਇਹ ਕਿੱਦਾਂ ਹੁੰਦਾ ਕਿੱਦਾਂ ਨਹੀਂ ਗਾ ਕਰ ਲਾ ਸਟਾਰਟ ਹੀ ਇਹਨੂੰ ਕਰ ਪਿੱਛੇ ਉਹ ਕਰੋ ਪਿੱਛੇ ਮੈਂ ਤੋੜ ਦੇਣਾ ਤੇਰਾ ਟਰੈਕਟਰ ਟਰੂਕਟਰ ਫਿਰ ਉਹੀ ਗੱਲ ਵੇਖਣਾ ਨਹੀਂ ਗਾ ਥੱਲੇ ਉਤਰ ਥੱਲੇ ਉਤਰ ਉਹ ਛੱਡਣੀਆਂ ਜੁੱਤੀਆਂ ਮਾਰਦੇ ਆ ਉਹ ਅਸਲਾ ਲਿਆਓ ਜੇ ਸਾਨੂੰ ਮਾਰਨਾ ਜੇ ਤੇ ਉਹ ਤੂੰ ਅਸਲੇ ਦੇ ਲਾਇਕ ਹੀ ਨਹੀਂ ਗੋਲੀ 200 ਦੀ ਤੂੰ ਟਕੇ ਦਾ ਬੰਦਾ ਨਹੀਂ ਓਏ ਮੁੜ ਜਾ ਮੁੜ ਜਾ ਤੈਨੂੰ ਮੈਂ ਨਾ ਹਜੇ ਵੀ ਇਹਨੂੰ ਪਰੇ ਕਰ ਲੈ ਇੱਥੇ ਤੇਰੀ ਲਾਸ਼ ਹੋ ਜਾਣੀ ਆ ਫਿਰ ਉੱਤੇ ਚੜਿਆ ਫਿਰ ਉੱਤੇ ਚੜਿਆ ਆ ਵੇ ਥੱਲੇ ਉਤਰ ਆ ਵੇ ਖਾਨਦਾਨੀ ਬੰਦੇ ਦੇ ਜੁੱਤੀਆਂ ਨਾਲ ਲੜਨ ਡਿਆ ਕੋਈ ਸ਼ਰਮ ਕਰ
ਉਹ ਘਰੋਂ ਲੈ ਕੇ ਆ ਕੁਛ ਹੈ, ਤੁਸੀਂ ਇਹੀ ਜੁੱਤੀਆਂ ਦੇ ਲੈ ਕੋ, ਜੁੱਤੀਆਂ ਦੇ ਲੈ ਕੇ ਕਿੱਥੇ ਤੁਹਾਡੇ ਚ ਹੈ ਜੇ ਇੰਨੀ ਇੰਨੀ ਬੁਕਤ ਹੈ ਤੁਹਾਡੇ ਚ ਕਿ ਤੁਸੀਂ ਸਾਡੇ ਜੁੱਤੀਆਂ ਮਾਰ ਸਕੋ, ਸਮਝਦੇ ਨਾ? ਉਹ ਇੱਕ ਕਿੱਲਾ ਵੇਚਣਾ ਹੈ ਅਸੀਂ, ਤੇ ਤੁਸੀਂ ਨਾ ਸਾਰੀ ਉਮਰ ਨਾ ਟੱਬਰ ਤੁਹਾਡੇ ਨੇ ਮੁਲਾਕਾਤਾਂ ਕਰਨੀਆਂ ਪਿੱਛੇ। ਕਰ ਲੈ ਤਕਰੀਰ, ਆਖਰੀ ਤਕਰੀਰ ਹੀ ਤੇਰੀ, ਆਖਰੀ ਤਕਰੀਰ ਆ ਤੇਰੀ, ਸਮਝਦਾ ਨਾ? ਉਹ ਤੂੰ ਕੌਮ ਨਾਲ ਖਿਤਾਬ ਕਰਨ ਦਿਆ, ਥੱਲੇ ਉਤਰ, ਥੱਲੇ ਹੋ। ਮੈਂ ਬਿਨ ਕੀ ਗੱਲ ਆ, ਇਹਨੂੰ ਪਰੇ ਕਰ, ਕਿਹਨੂੰ ਪਰੇ ਕਰਾਂ ਗੋਗਿਆ? ਮੈਂ ਤੈਨੂੰ ਕਹਿੰਦਾ, ਮੈਂ ਉਹ ਸ਼ੀਮਿਆ ਮੁੜ ਜਾ ਜਿਹਦੇ ਨਾ ਪੈ, ਮੈਂ ਨੀ ਉਹ ਮੁੜਨਾ, ਮੈਂ ਨੀ ਉਹ ਮੁੜਨਾ, ਸਮਝਦਾ? ਜੰਮਣ ਵਾਲਿਆਂ ਦੇ ਕਹਿਣ ਤੇ ਨੀ ਮੁੜਿਆ, ਤਾਂ ਹੀ ਉਹਦੀ ਜਾਨ ਨੂੰ ਰੋਂਦੇ ਫਿਰਦੇ ਆ। ਆ ਸਾਰੇ ਸਾਰਿਆਂ ਦੇ ਡੇਰਿਆਂ ਦੇ ਤੁਹਾਡਾ ਪਿਓ ਤੁਰਿਆ ਫਿਰਦਾ ਘੁੱਟ ਦੁੱਧ ਵਾਸਤੇ, ਹੈ ਭਰਾ ਮਰਵਾ ਕੇ ਤੇ ਖੋਤੀ ਰੇੜੀ ਚਲਾਉਂਦੇ ਆ, ਫਿੜੇ ਮੂੰਹ ਤੇਰੀ ਜਿੱਦ, ਜਿਹੜਾ ਭਰਾ ਮਰਵਾ ਕੇ ਉਹ ਕਿਸੇ ਦੀ ਜ਼ਰੂਰਤ ਹੈਗੀ ਆ, ਸਾਡੇ ਕੋਲ ਹਵਾ ਵੱਲ ਵੀ ਵੇਖੇ, ਤੁਹਾਡੀ ਹਵਾ ਹੀ ਗੰਦੀ ਆ, ਤੁਹਾਡੀ ਹਵਾ ਕਿੰਨੇ ਵੇਖਣਾ। ਹਾਂ ਤੇ ਚੱਲ ਉਹਨੂੰ ਲਾਂਬੇ ਕਾਰ ਪਿੱਛੇ ਕਰ, ਆ ਪਿੱਛੋਂ ਗੱਡੀ ਵੀ ਆਉਣ ਡਈ ਆ। ਇਹ ਹੁੰਦਾ ਹੀ ਤੇ ਕਰ ਲਾ ਫਿਰ, ਕੀ ਗੱਲ ਆ, ਕੀ ਗੱਲ ਆ, ਕਿਉਂ ਨਹੀਂ ਹੋਣਾ ਇਹਨੇ ਪਿੱਛੇ? ਇਹ ਤਾਂ ਕਸ਼ਟ ਸਾਡਾ ਤਾਂ ਨਹੀਂ ਹੋਣਾ, ਟਕੇ ਟਕੇ ਦੀਆਂ ਗੱਲਾਂ ਕਰਨ ਦਿਆ। ਮਾਮਾ ਤੇਰਾ ਵੀ ਨਹੀਂ ਪਾਇਆ, ਬੱਕਰਾ ਚੁੱਕਣ ਚੰਦਰ ਹੋਇਆ ਉਹਨੂੰ ਤਾਂ ਬੱਕਰਾ ਚੁੱਕਣ ਬਸ ਕਰ, ਜਾ ਵੇਖ ਹਵੇਲੀ ਕਿੰਨੇ ਬੱਕਰੇ ਬੰਨੇ, ਉਹਨੂੰ ਕੀ ਲੋੜ ਪਈ ਆ ਏਦਾਂ ਦੇ ਕੰਮ ਕਰਨ ਦੀ? ਚੋਰੀ ਖੋਲ ਟਰੈਕਟਰ ਆਪਣਾ ਪਿਛਾਂ ਕਰ, ਇਹ ਨਹੀਂ ਫਿਰ ਹੁੰਦਾ ਹੀ, ਕਰ ਲਾ, ਕਿਉਂ ਨਹੀਂ ਹੁੰਦਾ? ਇਹਨੂੰ ਕੀ ਗੱਲ ਆ, ਇਹ ਰੇੜੀ ਹੋਣੀ ਪਿਛਾਂ, ਪਿੱਛੇ ਕਰ, ਲੱਤ ਲੱਤ ਪਿੱਛੇ ਕਰ, ਸਮਝਦਾ ਨਾ? ਸ਼ੁਕਰ ਕਰ ਮੇਰੇ ਹੱਥ ਇੱਟ ਨਹੀਂ ਆ ਗਈ, ਇੱਟ ਨਹੀਂ ਆ ਗਈ, ਕਿੱਥੋਂ ਤੈਨੂੰ ਪੱਟਿਆਂ 'ਚ ਇੱਟ ਲੱਭਣੀ ਆ? ਤੈਨੂੰ ਮੈਂ ਕਹਿੰਦਾ ਮੁੜ ਜਾ, ਅਜੇ ਵੀ ਟਾਈਮ ਹੀ, ਪਰ ਟਾਈਮ ਹੀ ਜਾ, ਬੇਲਾ ਭਾਜੀ ਹਮੇਸ਼ਾ ਹੱਸ ਪੈਂਦੇ ਆ, ਹਮੇਸ਼ਾ ਹੱਸ ਪੈਂਦੇ, ਕਰ ਲੈ ਜਾ। ਤੈਨੂੰ ਮੈਂ ਦੱਸਾਂ ਫਿਰ, ਹਾਂ ਦੱਸਣਾ ਕੀ ਆ, ਹੈ ਹੈ ਦੱਸਾਂ ਤੈਨੂੰ? ਆ ਟਰੈਕਟਰ ਕਰ ਪਾਸੇ, ਥੱਲੇ ਥੱਲੇ ਥੱਲੇ, ਓ ਕਮੀਜ਼ ਓ ਥੱਲੇ, ਕੀ ਆ ਕੀ ਆ, ਚੱਲ ਕਮੀਜ਼ ਪਾੜਤਾ, ਯਾ ਕਮੀਜ਼ ਪਾੜਤਾ, ਯਾ ਛੀਮਿਆ, ਓ ਛੀਮਿਆ, ਇਹਦੇ ਨਾਲ ਫੈਰ ਮਾਰ ਦਿੰਦਾ ਮੇਰੇ, ਕਮੀਜ਼ ਪਾੜਦਾ ਈ ਓਏ, ਇਹਦੇ ਨਾਲ ਫੈਰ ਮਾਰ ਦਿੰਦਾ, ਫੈਰ ਮਾਰ ਦਿੰਦਾ ਇਹਦੇ ਨਾਲ, ਕਮੀਜ਼ ਪਾੜਿਆ ਈ ਓ, ਕਮੀਜ਼ ਪਾੜਿਆ ਈ ਓ, ਕੰਮ ਵਾਲਾ ਸਾਡਾ, ਓ ਕਮੀਜ਼ ਪਾੜਦਾ ਈ ਓ, ਕੰਮ ਵਾਲਾ ਓਏ, ਇਹਦੇ ਨਾਲ ਫੈਰ ਮਾਰਦਾ ਸਾਡੇ, ਓ ਕੰਮ ਵਾਲਾ ਤੂੰ ਪਾ ਕੇ ਦਫ਼ਤਰ ਜਾਣਾ ਏ, ਓ ਦਫ਼ਤਰ ਜਾਣਾ ਆ, ਅੱਜ ਕਢਾਈ ਵਾਲਾ ਸੂਟ ਕੀ ਪਾਇਆ, ਕਢਾਈ ਵਾਲਾ ਸੂਟ ਕੀ ਪਾਇਆ ਤੂੰ, ਕਾਤੋਂ ਬਾਹਰ ਹੋਇਆ ਅੱਜ, ਤੇਰਾ ਮੈਂ ਪਿੰਡਾ ਹੀ ਵੇਖਣਾ ਸੀ, ਉਹ ਪਿੰਡਾ ਵੇਖਣਾ, ਕਢਾਈ ਵਾਲਾ ਸੂਟ ਪਾਇਆ, ਕਾਤੋਂ ਬਾਹਰ ਹੋਇਆ ਅੱਜ, ਤੂੰ ਫੈਰ ਵਾਲਾ ਨਹੀਂ ਹੈ, ਥੁੱਕਣ ਵਾਲਾ ਥੂ, ਇਹਨਾਂ ਤੈਨੂੰ ਮੈਂ ਟਰੈਕਟਰ ਕਰ, ਓ ਚਾੜੀ ਮੁਸਤਫਾ ਛੱਡ ਜਰਾ ਮੈਨੂੰ ਯਾਰ, ਆ ਫਜ ਆ ਛੱਡ ਦੇ ਪਰੇ, ਆ ਭਾਈ ਮੈਨੂੰ ਨਾ ਛੱਡੀ, ਨਹੀਂ ਤਾਂ ਮੈਂ ਨਹੀਂ ਇਹਨੂੰ ਛੱਡਣਾ, ਮੁਸਤਫਾ ਛੱਡ ਜਰਾ ਇਹਨੂੰ, ਮੈਂ ਵੇਹਨਾ ਆ, ਹਾ ਫਜ ਹਾ ਭਾਈ, ਤੁਸੀਂ ਹੋ ਜਾਓ ਪਿੱਛੇ, ਲਾਂਬੇ ਹੋ ਜਾਈ, ਹੋਈ ਜਾਓ, ਹੋਈ ਜਾਓ, ਲੜ ਲੜ, ਕੀ ਆ ਕੀ ਆ ਕੀ ਆ, ਉੱਥੇ ਟੁੱਟ ਮਾਰਦਾ ਈ ਓ, ਵੇਹਨਾ ਮੈਂ ਤੈਨੂੰ, ਬਾ ਕਮਾਲ ਕੰਮ, ਅੱਜ ਤਾਂ ਇਹਨਾਂ ਨੇ ਬਹੁਤ ਹਸਾਇਆ, ਬਹੁਤ ਬੋਲੇ ਆ, ਨੋਨ ਸਟੋਪ ਬੋਲੇ ਆ, ਬਿਨਾਂ ਰੁਕੇ ਬੋਲੇ ਆ, ਠੀਕ ਹੈ, ਪਤਾ ਨੀ ਇਹਨਾਂ ਕਿੱਥੋਂ ਬੋਲਦੇ ਆ ਯਾਰ, ਇੰਨੀਆਂ ਗੱਲਾਂ ਆਉਂਦੀਆਂ ਕਿਵੇਂ ਆ ਇਹਨਾਂ ਨੂੰ, ਸ਼ਦਾਈਆਂ ਨੂੰ ਹੱਦ ਹੋ ਗਈ ਆ ਯਾਰ, ਮਜ਼ਾ ਆ ਗਿਆ ਅੱਜ ਤਾਂ, ਮਤਲਬ ਨਾ ਗੱਲਾਂ ਦੁਖਣ ਲੱਗ ਗਈਆਂ, ਇੰਨੀ ਫਨੀ ਵੀਡੀਓ ਸੀਗੀ ਅੱਜ, ਐਂਡ ਵੀ ਇਹ ਹੁਣ ਇਹਨਾਂ ਨੇ ਵਧੀਆ ਕੀਤਾ, ਇਹਨਾਂ ਦੀ ਨਾ ਇੱਕ ਵੀਡੀਓ ਸੀ ਜਿਹ 'ਚ ਪੰਜਾਬੀ ਪਿਓ ਪੁੱਤ ਬਣੇ ਸੀਗੇ, ਅਤੇ ਉਹ ਮੁੰਡਾ ਕਹਿੰਦਾ ਹੁੰਦਾ ਸੀ ਮੈਂ ਕੈਨੇਡਾ ਜਾਣਾ ਜ਼ਮੀਨ ਵਿੱਚ, ਉਹ ਵੀ ਇੱਦਾਂ ਦੀ ਵੀਡੀਓ ਸੀ ਅਤੇ ਉਹ ਚੱਲੀ ਸੀ ਵਾਧੂ, ਅਤੇ ਇਹਦੇ 'ਤੇ ਵੀ 1 ਮਿਲੀਅਨ ਵਿਊਜ਼ ਹੋ ਚੁੱਕੇ ਆ,
ਸੋ ਮੈਨੂੰ ਲੱਗਦਾ ਇੱਦਾਂ ਦੀਆਂ ਵੀਡੀਓਜ਼ ਜ਼ਿਆਦਾ ਵਰਕ ਕਰਦੀਆਂ। ਭਾਅ ਜੀ ਹੋਰਾਂ ਨੂੰ ਇੱਕ ਰਿਕੁਐਸਟ ਹੈ ਕਿ ਯਾਰ ਇੱਦਾਂ ਦੀ ਵੀਡੀਓਜ਼ ਜ਼ਰੂਰ ਬਣਾਇਆ ਕਰੋ, ਦੇਖਣ 'ਚ ਵੀ ਸੋਹਣੀਆਂ ਲੱਗਦੀਆਂ, ਚੰਗੀਆਂ ਲੱਗਦੀਆਂ, ਲੋਕ ਵੀ ਹੱਸਦੇ ਆ, ਅਤੇ ਬਾਕੀ ਇਹਦੇ 'ਚ ਸ਼ੁਗਲ ਮੇਲਾ ਵੀ ਵਾਹਵਾ ਹੁੰਦਾ। ਪਰ ਹਾਂ ਇਹ ਜ਼ਰੂਰ ਹੈ ਕਿ ਤੁਹਾਡੀ ਐਨਰਜੀ ਬਹੁਤ ਵੇਸਟ ਹੁੰਦੀ ਹੈ ਅਤੇ ਜ਼ਿਆਦਾ ਮਿਹਨਤ ਲੱਗਦੀ ਹੈ, ਚਾਹੇ ਸ਼ੁਗਲ ਮੇਲਾ ਹੀ ਹੈ, ਸਕ੍ਰਿਪਟਡ ਆ, ਮਤਲਬ ਉਵੇਂ ਸਕ੍ਰਿਪਟਡ ਨਹੀਂ ਹੁੰਦਾ, ਪਰ ਜਿਹੜੀਆਂ ਇਹ ਸਪੋਟੇਨੀਅਸ ਗੱਲਾਂ ਕੱਢਦੇ ਆ ਨਾ ਉਹ ਬਹੁਤ ਜ਼ਬਰਦਸਤ ਹੈ। ਮੰਨ ਲਓ ਹੁਣ ਮੈਂ ਕੋਈ ਜੁਗਤ ਮਾਰੀ ਹੈ ਨਾ, ਅਤੇ ਅਗਲਾ ਬੰਦਾ ਜੁਗਤ ਮਾਰ ਰਿਹਾ, ਠੀਕ ਹੈ, ਤੁਸੀਂ ਕਿੰਨਾ ਕੁ ਚਿਰ ਜੁਗਤਬਾਜ਼ੀਆਂ ਕਰ ਲਓਗੇ ਯਾਰ? ਉਹ ਕੋਈ ਮਤਲਬ ਸ਼ੇਰ ਖਾਂ ਹੀ ਬੰਦਾ ਹੋਊਗਾ ਜਿਹੜਾ ਖੜਾ ਰਹੂਗਾ ਮੈਦਾਨ 'ਚ, ਹੈ ਨਾ ਲਗਾਤਾਰ। ਅਤੇ ਇਹ ਦੇਖੋ 20 ਮਿੰਟ ਦੀ ਵੀਡੀਓ ਸੀਗੀ ਬਿਨਾਂ ਰੁਕੇ, ਅਤੇ ਇਹਨਾਂ ਨੇ ਲਗਾਤਾਰ ਗੱਲਾਂ ਕੀਤੀਆਂ, ਇੱਕੋ ਸਿਚੁਏਸ਼ਨ ਦੇ ਅਰਾਊਂਡ ਕੋਮੇਡੀ ਕੀਤੀ ਹੈ, ਉਸ ਹਾਲਾਤ ਦੇ ਅਕੋਰਡਿੰਗ ਹੀ ਇਹਨਾਂ ਨੇ ਜਿਹੜਾ ਆਪਣਾ ਹਿਊਮਰ ਕ੍ਰੀਏਟ ਕੀਤਾ। ਜਿੰਨੇ ਵੀ ਪੰਚ ਸੀਗੇ ਸਭ ਵਧੀਆ ਸੀਗੇ, ਮਤਲਬ ਇਹਨਾਂ ਆਹ ਵਾਲੇ ਪੰਚ ਨਹੀਂ, ਕੋਮੇਡੀ ਵਾਲੇ ਪੰਚ। ਸੋ ਜ਼ਬਰਦਸਤ ਸੀ ਯਾਰ ਵੀਡੀਓ, ਮੈਨੂੰ ਤਾਂ ਬਹੁਤ ਚੰਗੀ ਲੱਗੀ। ਤੁਹਾਨੂੰ ਕਿਹਦਾ ਲੱਗੇ ਥੱਲੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ, ਅਤੇ ਜਾਣ ਤੋਂ ਪਹਿਲਾਂ ਮੇਕ ਸ਼ੋਰ ਯੂ ਹਿੱਟ ਦੈਟ ਸਬਸਕ੍ਰਾਈਬ।